ਅਸੀਂ ਸਿੱਖਾਂਗੇ ਕਿ ਕਿਵੇਂ ਅਸੀਂ ਲੈਅ ਵਿੱਚ ਤਾਲ ਵਿੱਚ ਪ੍ਰੈਕਟਿਸ ਕਰ ਸਕਦੇ ਹਾਂ ਕਿਸੇ ਵੀ ਸ਼ਬਦ ਦੀ, ਕਿਸੇ ਵੀ ਅਲੰਕਾਰ ਦੀ। ਦੇਖੋ YouTube ਓਪਨ ਕੀਤਾ, ਸਰਚ ਕਰਨਾ ਹੈ ਅਸੀਂ ਇੱਥੇ ਤੀਨ ਤਾਲ ਲੂਪ ਸਰਚ ਕੀਤਾ ਹੈ, ਉੱਤੇ ਹੀ ਆ ਗਿਆ ਆਪਣਾ ਤੀਨ ਤਾਲ ਲੂਪ। ਦੇਖੋ ਪਲੇ ਕੀਤਾ ਹੈ, ਮਾਤਰਾ ਨਾਲ ਆ ਰਹੀ ਹੈ। ਹੁਣ ਆਪਾਂ ਸ਼ਬਦ ਕਰਨ ਜਾ ਰਹੇ ਹਾਂ, ਇਸ ਸ਼ਬਦ ਦਾ ਉਠਾਵ ਹੈ 10 ਮਾਤਰਾ ਤੋਂ। ਦੇਖੋ 5 6 7 8 9। ਨਾਨਕ ਤੇ ਨਾ ਬਸੰਤ ਹੈ, ਨਾਨਕ ਤੇ ਨਾ ਬਸੰਤ ਹੈ। ਸੋ ਇਸ ਤਰ੍ਹਾਂ ਅਸੀਂ ਕਿਸੇ ਵੀ ਸ਼ਬਦ ਦੀ, ਕਿਸੇ ਵੀ ਸਰਗਮ ਦੀ ਪ੍ਰੈਕਟਿਸ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।